ਭਾਬੀਤਾ ਸਾਡੀ ਮਰਦੀ ਬੱਕਰੇ ਦੇ ਮੀਟ ਤੇ ਬੱਕਰੇ ਦੇ ਮੀਟ ਤੇ ਲਓ ਜੀ ਅੱਜ ਤੁਹਾਡੀ ਪਿਆਰੀ ਔਰ ਛੋਟੀ ਜੀ ਡਾਲ ਵਰਗੀ ਭਾਬੀ ਜਿਹੜੀ ਬਣਾ ਰਹੀ ਅੱਜ ਬੱਕਰੇ ਦਾ ਮੀਟ ਅਸੀਂ ਚੰਡੀਗੜ੍ਹ ਜਾਣਾ ਵਾ ਇਸ ਕਰਕੇ ਥੋੜਾ ਜਿਹਾ ਮੀਟ ਲਿਆਂਦਾ ਪਾਈ ਆ ਕਿ ਨਾ ਤਾਂ ਮੇਰੀ ਬੇਟੀ ਖਾਂਦੀ ਆ ਨਾ ਮੇਰੀ ਘਰ ਵਾਲੀ ਖਾਂਦੀ ਆ ਕੱਲਾ ਮੈਂ ਹੀ ਖਾਂਦਾ ਵਾ ਇਸ ਕਰਕੇ ਹਾਂ ਡੈਡੀ ਝੂਠ ਨਹੀਂ ਮੈਂ ਦੇਖੋ ਜੀ ਆਹ ਬੱਕਰੇ ਦਾ ਮੀਟ ਲਿਆਂਦਾ ਕਹਿੰਦੇ ਮੈਂ ਕੱਲਾ ਹੀ ਖਾ ਜੂੰਗਾ ਕਹਿੰਦੇ ਮੇਰੇ ਘਰ ਵਾਲੀ ਵੀ ਨੀ ਖਾਂਦੀ ਗੀ ਹੈ ਮੇਰਾ ਤਾਂ ਇੰਨਾ ਬਣਨਾ ਹੀ ਕੁਛ ਨੀ ਗਾ ਮੈਂ ਤਾਂ ਚਾਹੀਦਾ ਕੁਆਂਟਲ ਸਾਰਾ ਹੈ ਬਸ ਕਰਿਆ ਕਰੋ ਤੁਸੀਂ ਬੋਲਦੇ ਨੀ ਇਹ ਹੈ ਲਓ ਜੀ ਵੀ ਦੱਸੋ ਕਿੱਦਾਂ ਬਣਦਾ ਮੀਟ ਹਾਂ ਮੇਰੀ ਮੰਮੀ ਖਾਂਦੀ ਹੈ ਮੇਰੇ ਡੈਡੀ ਖਾਂਦੇ ਨੇ ਕਿ ਮੈਂ ਨਹੀਂ ਖਾਂਦਾ ਹੈਨਾ ਲਓ ਜੀ ਆ ਬੱਕਰੇ ਦਾ ਮੀਟ ਲੈ ਕੇ ਆਂਦਾ ਵਾ ਚਾਰ ਪੰਜ ਵਾਰੀ ਧੋਤਾ ਵਾ ਸਫਾਈ ਨਾਲ ਠੀਕ ਹੈ ਨਾ ਤੇ ਹਰੀਆਂ ਮਿਰਚਾਂ ਅਦਰਕ ਲਸਣ ਤੇ ਪਿਆਜ ਠੀਕ ਹੈ ਦੇਖੋ ਕਿਵੇਂ ਬਣਾਉਂਦੀ ਆ ਬੱਕਰੇ ਦਾ ਮੀਟ ਭਾਬੀ ਹਰਜੀਤ ਕੌਰ ਹਾਏ ਹਾਏ ਲਓ ਜੀ ਆਪਣਾ ਤੇਲ ਹੋ ਗਿਆ ਗਰਮ ਘੱਟ ਤੋਂ ਘੱਟ ਦੋ ਕੜਛੀਆਂ ਪਾਉਣੀਆਂ ਹਾਂਜੀ ਦੋ ਕੜਛੀਆਂ ਪਾਉਣੀਆਂ ਤੇਲ ਦੀਆਂ ਠੀਕ ਹੈ ਨਾ ਤੇ ਇੱਧਰ ਦੇਖ ਲਓ ਕਾ ਆ ਪਾ ਦੇ ਆਪਾਂ ਪਿਆਜ ਲਓ ਜੀ ਹਰੀਆਂ ਮਿਰਚਾਂ ਅਦਰਕ ਲਸਣ ਤੇ ਆ ਪਾ ਦੇ ਆਪਾਂ ਮੀਟ ਤੇ ਨਾਲ ਹੀ ਭੁੰਨਣਾ ਵਾ ਆਪਾਂ ਠੀਕ ਹੈ ਨਾ ਲਓ ਜੀ ਦੇਖ ਇੱਧਰ ਕਰਾਂ ਬੰਦਾ ਖੁਸ਼ ਰਹੇ ਨਾ ਵਧੀਆ ਨਾ ਰਹੇ ਤੇ ਇੱਕ ਰੋਟੀ ਨਾਲ ਵੀ ਬਣ ਜਾਂਦਾ ਸਰੀਰ ਦਾ ਅੱਧੀ ਰੋਟੀ ਨਾਲ ਵੀ ਖੁਸ਼ੀ ਹੋਣੀ ਚਾਹੀਦੀ ਔਰ ਹੱਸਣਾ ਖੇਡਣਾ ਚਾਹੀਦਾ ਵਾ ਕਦੇ ਬੰਦੇ ਨੂੰ ਗੱਲ ਗੱਲ ਤੇ ਹਨਾ ਐਵੇਂ ਹੀ ਚਿੜਨਾ ਨੀ ਚਾਹੀਦਾ ਕਈ ਲੋਕ ਨੇ ਐਵੇਂ ਚਿੜੀ ਜਾਂਦੇ ਇੱਕ ਦੂਜੇ ਤੋਂ ਚਿੜੀ ਜਾਂਦੇ ਹਨਾ ਡੈਡੀ ਬੈਠਾ ਰੇ ਮੰਮੀ ਬਸ ਆਰਾ ਨਾ ਕਰ ਨਹੀਂ ਨਹੀਂ ਇਹ ਤੇਰੀ ਚਿੜੀ ਦਾ ਸਾਰਾ ਨਹੀਂ ਕਰਦਾ ਓ ਪਿਓ ਦਾ ਝਾਵਿਆ ਗਿਆ ਤੇਰੀ ਮਾਂ ਪਤਾ ਕਿੰਨੀ ਖੁਸ਼ ਰਹਿੰਦੀ ਆ ਕਿੰਨੀ ਬਹੁਤ ਜ਼ਿਆਦਾ ਕਿਹਦੇ ਨਾਲ ਤੇਰੇ ਡੈਡੀ ਨਾਲ ਜੀ ਜੇ ਫਰਾਈ ਪੈਨ ਚ ਬਣਾਓਗੇ ਫਰਾਈ ਪੈਨ ਚਿਕਨ ਠੀਕ ਹੈ ਨਾ ਜੇ ਤਵੇ ਦਾ ਬਣਾਓਗੇ ਤਵਾ ਚਿਕਨ ਕੜਾਈ ਚ ਬਣਾਓਗੇ ਕੜਾਈ ਚਿਕਨ ਠੀਕ ਹੈ ਨਾ ਜੇ ਚ ਮਰਜ਼ੀ ਬਣਾ ਲਓ ਭਾਵੇਂ ਬਾਲਟੀ ਚ ਬਣਾ ਲਓ ਬੜਾ ਬਾਲਟੀ ਚਿਕਨ ਬਣ ਜੂਗਾ ਠੀਕ ਹੈ ਨਾ ਦੇਖੋ ਇਹ ਲਓ ਜੀ ਮਿਕਸਰ ਕਰਾ ਦੇਖੀ ਚੱਲੋ ਕਰਾ ਠੀਕ ਹੈ ਨਾ ਸੇਕ ਲੱਗੀ ਜਾਂਦਾ ਨਾ ਤੇ ਆਪਾਂ ਪਹਿਲਾਂ ਪਾਉਣੀਆਂ ਇਹ ਆਪਾਂ ਦੀਆਂ ਆਪਾਂ ਲਾਲ ਮਿਰਚਾਂ ਠੀਕ ਹੈ ਨਾ ਆ ਪਾ ਦਾ ਆਪਾਂ ਮਸਾਲਾ ਗਰਮ ਮਸਾਲਾ ਹਾਂਜੀ ਆ ਪਾ ਦੀਆਂ ਆਪਾਂ ਹਲਦੀ ਠੀਕ ਹੈ ਨਾ ਨਮਕ ਆਪਾਂ ਬਾਅਦ ਵਿੱਚ ਪਾਉਣਾ ਵਾ ਤੰਦੂਰ ਦੇ ਵਿੱਚ ਬਣਾ ਲਓ ਤੰਦੂਰੀ ਚਿਕਨ ਕਹਿੰਦੇ ਮੈਂ ਜਿਹੜੀ ਚੀਜ਼ ਚ ਬਣਾਉਣਾ ਉਹਦਾ ਨਾਮ ਉਹੀ ਰੱਖਿਆ ਜਾਂਦਾ ਔਰ ਮੈਂ ਪਤੀਲੀ ਚ ਬਣਾਉਂਗੀ ਕਿਸੇ ਦਿਨ ਚਿਕਨ ਠੀਕ ਹੈ ਨਾ ਪਤੀਲੀ ਚਿਕਨ ਰੱਖਾਂਗੇ ਆਪਾਂ ਨਾਮ ਠੀਕ ਹੈ ਨਾ ਕਿਉਂ ਜੀ ਠੀਕ ਹੈ ਨਾ ਠੀਕ ਹੈ ਨਾ ਠੀਕ ਹੈ ਨਾ ਇਹ ਤਾਂ ਹੁੰਦਾ ਹੱਡ ਦੀ ਖਾਣਾ ਤੇ ਖਾਣਾ ਚੱਲ ਬਣਾ ਦੇ ਲੋ ਬਣਾ ਦੇ ਲੋ ਆਹੋ ਰੋਮ ਨਾਲ ਸੁਣਾਉਣਾ ਕਿ ਨਹੀਂ ਸੁਣਾਉਣਾ ਸੁਣਾ ਦੋ ਗੁੰਡਮਾ ਸਰੀਰ ਤੇਰਾ ਢਿੱਲਾ ਪੈ ਗਿਆ ਨੀ ਸਾਰੇ ਆਈ ਨੂੰ ਮਹੀਨਾ ਇੱਕ ਹੋ ਗਿਆ ਸੁਣਾ ਦੋ ਗੁੰਡਮਾ ਸਰੀਰ ਤੇਰਾ ਢਿੱਲਾ ਪੈ ਗਿਆ ਨੀ ਸਾਰੇ ਆਈ ਨੂੰ ਮਹੀਨਾ ਇੱਕ ਹੋ ਗਿਆ ਗੁੰਡਮਾ ਹਾਏ ਹੋਏ ਗੁੰਡਮਾ ਹਾਏ ਹੋਏ ਅਵੱਲੇ ਵੱਲੇ ਅਦਾਵਾ ਦਾਵਾ ਨੱਚ ਕੁੜੀਏ ਨੀ ਤੈਨੂੰ ਪਾਪਾ ਦੇਆਂਗੇ ਨੱਚ ਕੁੜੀਏ ਨੀ ਤੈਨੂੰ ਪਾਪਾ ਦੇਆਂਗੇ ਲਓ ਜੀ ਭਾਬੀ ਦੇ ਹੱਥ ਦਾ ਮੀਟ ਖਾਓਗੇ ਤਾਂ ਉਂਗਲਾਂ ਹੀ ਚੜਦੇ ਰਹੋਗੇ ਘੱਟੋ ਘੱਟ ਇਹਨੂੰ ਨਹੀਂ ਜ਼ਿਆਦਾ 10-15 ਮਿੰਟ ਪਕਾਉਣਾ ਵਾ ਉਸ ਤੋਂ ਬਾਅਦ ਨਮਕ ਪਾਉਣਾ ਵਾ ਠੀਕ ਹੈ ਨਾ ਔਰ ਦੇਖੋ ਕੀ ਆਵਾਜ਼ ਆ ਬੱਲੇ ਬੱਲੇ ਕਰਾਤੀ ਭਾਬੀ ਰਣਜੀਤ ਕੌਰ ਨੇ ਲਓ ਜੀ ਆ ਥੋੜਾ ਜਿਹਾ ਆਪਾਂ ਪਾਤਾ ਨੂਣ ਤੇ ਇੱਧਰ ਦੇਖੀ ਚੱਲੋ ਕਰਾਂ ਲਓ ਜੀ ਇਹਨੂੰ ਹਟਾ ਲਓ ਹਿਲਾ ਲਓ ਇਹਨੂੰ ਲਓ ਜੀ ਇਹਨੂੰ ਹਿਲਾ ਲਓ ਹੁਣ ਲਓ ਜੀ ਚੰਗੀ ਤਰ੍ਹਾਂ ਠੀਕ ਹੈ ਨਾ ਥੋੜਾ ਜਿਹਾ ਪਾਣੀ ਪਾਉਣਾ ਆਪਾਂ ਲਓ ਜੀ
ਚੰਗੀ ਤਰ੍ਹਾਂ ਮੀਟ ਬਣ ਰਿਹਾ ਕਰਾਈ ਔਰ ਮੂੰਹੋਂ ਨੀ ਲੈਣਾ ਹੈਗਾ ਇੰਨਾ ਸਵਾਦ ਬਣਨਾ ਮੀਟ ਔਰ ਤੁਸੀਂ ਵੀ ਘਰ ਦੇ ਵਿੱਚ ਟਰਾਈ ਕਰਨੀ ਹੈ ਜਿਸ ਤਰ੍ਹਾਂ ਭਾਬੀ ਬਣਾ ਰਹੀ ਹੈ ਇਸ ਤਰ੍ਹਾਂ ਹੀ ਬਣਾਉਣੀ ਆ ਔਰ ਜਿਹੜਾ ਮਸਾਲਾ ਪਾਇਆ ਘੱਟ ਤੋਂ ਘੱਟ 700 ਰੁਪਏ ਕਿਲੋ ਮਸਾਲਾ ਵਾ ਵਧੀਆ ਸਪੈਸ਼ਲ ਲਓ ਜੀ ਆਪਣਾ ਚਿਕਨ ਹੋ ਗਿਆ ਤਿਆਰ ਦੇਖੋ ਕਰਾ ਵਾਹ ਜੀ ਕਿੰਨਾ ਟੇਸਟੀ ਲੱਗਦਾ ਲਓ ਜੀ ਗੈਸ ਕਰੋ ਉਹ ਗੱਲ ਤਾਂ ਸਹੀ ਆ ਬੱਕਰੇ ਦਾ ਮੀਟ ਬਣਾਇਆ ਭਾਬੀ ਨੇ ਬਹੁਤ ਸਪੈਸ਼ਲ ਬਣਾਇਆ ਵਾ ਔਰ ਦੇਖੋ ਮੰਮੀ ਤੂੰ ਮੇਰੇ ਵਾਸਤੇ ਨਾ ਤਰੀਆਂ ਦਾ ਸਾਗ ਬਣਾ ਦੇ ਮੈਂ ਉਹ ਖਾ ਲੂੰਗਾ ਅੱਛਾ ਬਣਾ ਦੇ ਧਨੀਆਂ ਦਾ ਬਣਾਵਾ ਹਾਂਜੀ ਸਾਗ ਬਣਾ ਦੇ ਉਹਦਾ ਮੇਰੇ ਵਾਸਤੇ ਚਲ ਹੁਣ ਧਨੀਆਂ ਦਾ ਸਾਗ ਆਪਾਂ ਬਣਾ ਦੇਣਾ ਵਾ ਠੀਕ ਹੈ ਨਾ ਆ ਗੱਲ ਆਪਾਂ ਗੈਸ ਬੰਦ ਹੈ ਬਹੁਤ ਕੁਝ ਬਣਾ ਸਕਦੇ ਹਾਂ ਹਾਂਜੀ ਧਿਆਨ ਨਾਲ ਪਾਇਓ ਠੀਕ ਹੈ ਨਾ ਸਬਜ਼ੀ ਹਾਂਜੀ ਉਹ ਤਾਂ ਹੈਗੀ ਆ ਲਓ ਜੀ ਅੱਜ ਖਾਓ ਭਾਬੀ ਦੇ ਹੱਥ ਦਾ ਬੱਕਰੀ ਦਾ ਮੀਟ ਮੀਟ ਇਸ ਤਰ੍ਹਾਂ ਬਣੂਗਾ ਕਹਿੰਦੇ ਮੈਂ ਆਪਾਂ ਸੁੱਕਾ ਬਣਾਵਾਂਗੇ ਜਿਸ ਤਰ੍ਹਾਂ ਕਿ ਆਪਾਂ ਅਚਾਰ ਪਾਉਂਦੇ ਹਾਂ ਬੱਕਰੀ ਦਾ ਠੀਕ ਹੈ ਨਾ ਬਣਾਉਂਦੇ ਹਾਂ ਔਰ ਬਹੁਤ ਸਪੈਸ਼ਲ ਠੀਕ ਹੈ ਨਾ ਹਾਂਜੀ 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 ਮੂੰਹ ਚੋਂ ਪਾਣੀ ਡਿੱਗਣ ਲੱਗ ਗਿਆ ਹੁਣ ਖੇਤੀ ਜਾਈਏ ਭਾਬੀ ਕੋਲੇ ਹੈ ਨਾ ਬਾਬੀ ਰਣਜੀਤ ਕੌਰ ਨਵੀ ਰੈਸਪੀ ਬਣਾਈ ਨਵੇਂ ਤਰੀਕੇ ਨਾਲ ਬਣਾਇਆ ਫਰਾਈ ਪੈਨ ਚਿਕਨ ਤੁਸੀਂ ਜਰੂਰ ਕਰਿਆ ਟਰਾਈ ਕਰਨਾ ਟਰਾਈ ਕਰਕੇ ਕਮੈਂਟਾਂ ਵਿੱਚ ਜਰੂਰ ਦੱਸਣਾ ਕਿੱਦਾਂ ਦਾ ਬਣਿਆ ਪਲੀਜ਼ ਕਮੈਂਟਾਂ ਵਿੱਚ ਜਰੂਰ ਦੱਸਣਾ ਭਾਬੀ ਰਣਜੀਤ ਕੌਰ ਵਾਲੇ ਜਿੰਦੇ ਹੰਸੋ ਸਿਰ ਸਕਦੇ ਹੰਸੋ ਸਾਰੇ ਲਵ ਯੂ ਰੱਖ ਭਰ ਕੇ।